वाहे गुरु जी का खालसा, वाहे गुरु जी की फतेह। दसा पातशाहियां दी रूहानी जोत श्री गुरु ग्रंथ साहिब सच्चे पातशाह जी दी पवित्र हजूरी का नित मान रही गुरु प्यारी सत संगत जीओ, हर रोज की तरह अज भी सुभाग प्राप्त होया है। आओ इस समय नूं सफल बनाइए। इतिहास दे पावन प्रसंगां दे विचों आप जी ने सरवण कीता सी, जदों भाई बाला जी नूं सिख द्वारा पता लगे है गुरु नानक साहिब सच्चे पातशाह जी की गुरगद्दी ते गुरु अंगद देव पातशाह ने सुनन सार ही दौड़ पए। खडूर साहब की पावन धरती ते आके गुरु अंगद देव पातशाह जी के पावन चरणा विच नमस्कार कीती। सुभाविक सतगुर पुछदे ने पुरखा कौन है, कित्थों आया। कहन लगे पातशाह पंत्र जामी सब कुछ जानदे हो, जे आप जी का हुक्म होया है सिख होण दे नाते मेरा फर्ज है दसना। मेरा जन्म राय भोए की तलवंडी विच होया है, नाम मेरा है बाला। इन्हां वचनां नूं सुन के गुरु अंगद देव पातशाह हाथ जोड़ के कह लगे, गुरु कौन ने तुहाडे। भाई बाला जी कहिंदे, मेरे गुरु ने सतगुरु गुरु नानक पातशाह, जिन्हां दे नाल मैं जीवन दे कई साल बतीत कीते, कई दहाके। उम्र विच मैं सतगुरां तों 3 साल वड्डा हाँ। जद गुरु अंगद देव पातशाह जी ने भाई बाला जी की रसना तो यह बोल सुने ना, उठ के गुरगद्दी तो घुट के कालजे दे नाल भाई बाला जी नूं ला लिया। नेत्रा विच अथरू वराग दे चल पए। इथों तक आप जी ने पवित्र पावन प्रसंगा का आनंद माणिया। आओ जी सुरत करके चलीए खडूर साहब की पावन धरती ते। पाओ प्रेम दी सांझ गज बज के आखो जी सतनाम श्री वाहे गुरु साहिब जी, सतनाम श्री वाहे गुरु साहिब जी। चौपाई मोहर बिलोचन मुचा बिरंगा, कर और चरणन बरयुन रागा। निम्रता दी मूरत गुरु नानक साहिब जी दी साक्षात जोत गुरु अंगद दे पातशाह। जदों भाई बाला जी दे रसना तो सुनिया ना भी गुरु नानक साहिब जी दे इस सिख ने कई दहाके नाल समां बतीत कीता है, इन्हां नजरां दे नाल गुरु नानक पातशाह नूं तकिया है, गुरता गद्दी तो उठे ने घुट के भाई बाला जी नूं गल नाल ला लिया। घुट के जफ्फी पा के गुरु अंगद दे पातशाह रो पए, अथरू बहा रहे ने प्रेम दे। कहिंदे प्यारिया तैनूं सीने नाल ला के लगदा है गुरु नानक साहिब सच्चे पातशाह जी दे प्यार दा निभ मिलिया। अज बड़ी
ਕਹਿੰਦੇ ਅੱਧੀ ਘੜੀ ਭਾਵ ਅੱਧੇ ਘੰਟੇ ਤੋਂ ਕੁਛ ਸਮਾਂ ਇੱਕ ਘੜੀ ਦਾ। ਗੁਰੂ ਅੰਗਦ ਦੇਵ ਪਾਤਸ਼ਾਹ ਨੇਤਰਾਂ ਚ ਅੱਥਰੂ ਵਹਾਉਂਦੇ ਨੇ, ਭਾਈ ਬਾਲਾ ਜੀ ਦੀ ਕੰਬਲੀ ਉਹਨਾਂ ਦੇ ਮੋਢੇ ਗਿੱਲੇ ਹੋ ਗਏ। ਇੱਥੋਂ ਤੱਕ ਕਵੀ ਲਿਖਦੇ ਆ, ਹੰਝੂ ਧਰਤੀ ਤੇ ਟਪਕ ਕੇ ਬਹਿੰਦੇ ਹਨ। ਤੀਰਨ ਧਰੇ ਅਧਿਕ ਤਾਰਿਆਂ ਸੂ ਪਰਤ ਪ੍ਰਿਤ ਕੀ ਭਗਤ ਓਲਾ ਸੂ। ਮਨ ਇੰਨਾ ਉਮ ਗਿਆ, ਭਰਿਆ ਹੋਇਆ, ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਨੇਤਰਾਂ ਦਾ ਨੀਰ ਬੰਦ ਨਹੀਂ ਹੋ ਰਿਹਾ, ਉਹ ਬਾਂਹ ਮਾਰਦੇ। ਕਿੰਨਾ ਪ੍ਰੇਮ ਹੋਣਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਾਲ। ਭਾਈ ਬਾਲਾ ਜੀ ਦੇ ਨੇਤਰ ਸੇਜਲ ਹੋ ਗਏ, ਗਲ ਰੁਕਿਆ ਹੋਇਆ, ਆਏ ਸੀ ਗੁਰੂ ਦੇ ਸ਼ਰਨ ਵਿੱਚ, ਪਰ ਗੁਰੂ ਤੇ ਆਪ ਲਿਪਟ ਗਏ ਨੇ ਗੱਲ ਨਾਲ। ਕੈਸਾ ਸੁਭਾਗ ਹੋਣਾ, ਕਿਹੋ ਜਿਹਾ ਸੁਭਾਗ ਹੋਣਾ, ਭਾਈ ਬਾਲਾ ਜੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਹੌਸਲਾ ਦੇ ਰਹੇ ਨੇ, ਕਹਿੰਦੇ ਮਹਾਰਾਜ ਵਿਰਾਗ ਬੰਦ ਕਰੋ, ਬਹੁਤ ਹੋ ਗਏ। ਪਰ ਗੁਰੂ ਅੰਗਦ ਦੇ ਮਹਾਰਾਜ ਧੀਰਜ ਨਹੀਂ ਰੱਖਦੇ। ਮੰਨ ਲਓ ਹੌਸਲਾ ਟੁੱਟ ਗਿਆ ਹੋਵੇ, ਬੇਵੱਸ ਹੋ ਗਏ ਹੋਵਣ, ਸੁਵਿਥਾ ਅਸਤ ਨਿਸਾ ਹੋਈ ਆਈ, ਬਾਲਾ ਰਹਿਤ ਭਇਓ ਤਿਹੀਂ ਥਾਈ। ਹੁਣ ਸ਼ਾਮ ਦਾ ਵੇਲਾ ਹੋਣ ਲੱਗਿਆ, ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਬੜਾ ਔਖਾ ਧਰਵਾਸਾ ਦਿੱਤਾ। ਅੱਜ ਤੱਕ ਸੁਣਿਆ ਸੀ ਗੁਰੂ ਆਪਣੇ ਸਿੱਖਾਂ ਨੂੰ ਧਰਵਾਸੇ ਦਿੰਦੇ ਆ, ਪਹਿਲੀ ਵਾਰ ਸਿੱਖ ਗੁਰੂ ਨੂੰ ਦਰਾਸਾ ਦਿੰਦਾ। ਇਹ ਪ੍ਰੇਮ ਦੀਆਂ ਖੇਡਾਂ ਨੇ, ਇਹ ਪਿਆਰ ਹੈ, ਜਦ ਅੰਦਰ ਵਰਤਦਾ ਪਤਾ ਤੇ ਉਦੋਂ ਲੱਗਦਾ। ਸ਼ਾਮ ਦਾ ਵੇਲਾ ਹੋ ਗਿਆ, ਮਹਾਰਾਜ ਗੁਰਗੱਦੀ ਤੇ ਨਹੀਂ ਬੈਠੇ, ਭਾਈ ਬਾਲਾ ਜੀ ਦੇ ਨਾਲ ਭੂੰਜੇ ਹੀ ਬੈਠੇ ਨੇ। ਸੰਧਿਆ ਵੇਲੇ ਦਾ ਹਲਕਾ ਫੁਲਕਾ ਭੋਜਨ ਕੀਤਾ। ਗੁਰੂ ਅੰਗਦ ਦੇ ਮਹਾਰਾਜ ਹੱਥ ਜੋੜ ਕੇ ਕਹਿੰਦੇ, ਬਾਲਾ ਜੀ ਜਾਇਓ, ਅੱਜ ਰਾਤ ਸਾਡੇ ਕੋਲ ਬੈਠੋ, ਹੋ ਸਕੇ ਮੈਨੂੰ ਮੇਰੇ ਪਿਆਰੇ ਪ੍ਰੀਤਮ ਦੀ ਕੋਈ ਬਾਤ ਸੁਣਾ ਦੇ। ਉਹ ਬਾਤਾਂ, ਉਹ ਪ੍ਰੀਤਮ ਜਿਹਦੇ ਦੇਸ਼ ਗੱਲਾਂ ਦੇ ਨਾਲ ਨਹੀਂ ਜਾਇਆ ਜਾ ਸਕਦਾ, ਜਿਹਨੂੰ ਮਿਲਣ ਵਾਸਤੇ ਉਹਦੇ ਵਰਗਾ ਹੋਣਾ ਪੈਂਦਾ। ਭਾਈ ਬਾਲਾ ਜੀ ਗੁਰੂ ਅੰਗਦ ਦੇ ਪਾਤਸ਼ਾਹ ਉਸ ਪ੍ਰੀਤਮ ਦੇ ਦੇਸ਼ ਦੇ ਵਾਸੀ ਨੇ, ਭਾਈ ਗੁਰਦਾਸ ਜੀ ਦੇ ਪ੍ਰਥਾਈ ਲਿਖਦੇ ਆ। ਪੁਛਤ ਪਥਲ ਜੈਸੇ ਮਾਰਗ ਨਾ ਧਾਰੈ ਪਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਤੇ ਜਾਈ ਹੈ। ਉਹ ਸੱਜਣ ਦੇ ਦੇਸ਼, ਪਿਆਰੇ ਦੇ ਦੇਸ਼, ਰਾਹ ਪੁੱਛਿਆ ਗੱਲਾਂ ਨਾਲ ਪਹੁੰਚਿਆ ਨਹੀਂ ਜਾਣਾ। ਇਹੀ ਕਾਰਨ ਸੀ ਗੁਰੂ ਅੰਗਦ ਦੇ ਮਹਾਰਾਜ ਕਹਿੰਦੇ, ਪਿਆਰਿਆ ਜਿੰਨਾ ਸਮਾਂ ਤੇਰੇ ਕੋਲ ਹੋਇਆ ਮੈਨੂੰ ਗੁਰੂ ਨਾਨਕ ਦੀ ਕਥਾ ਸੁਣਾ ਦੇ। ਹੱਥ ਜੋੜੇ ਨੇ ਪਾਤਸ਼ਾਹ ਭਾਈ ਬਾਲਾ ਜੀ ਦੇ ਸਮਕਸ਼, ਕਹਿੰਦੇ ਭਾਈ ਬਾਲਾ ਜੀ ਭੋਜਨ ਛਕਣ ਤੋਂ ਬਾਅਦ ਅੱਜ ਬੇਟਾਈਮਾਂ ਦਰਬਾਰ ਸਜਿਆ, ਅੱਗੇ ਤੇ ਸ਼ਾਮ ਵੇਲੇ ਸਮਾਪਤੀ ਤੋਂ ਬਾਅਦ ਸੰਗਤਾਂ ਆਰਾਮ ਕਰਦੀਆਂ ਸੀ। ਮਰਦ ਕਹਿੰਦੇ, ਸਿੱਖੋ ਭਾਈ ਜਿਨ੍ਹਾਂ ਨੇ ਆਰਾਮ ਕਰਨਾ ਹੈ ਆਰਾਮ ਕਰ ਲਓ, ਜਿਨ੍ਹਾਂ ਨੇ ਉਸ ਪ੍ਰੀਤਮ ਦੀਆਂ ਬਾਤਾਂ ਸੁਣਨੀਆਂ ਨੇ ਉਹ ਵੀ ਆ ਜਾਓ। ਭੁੰਜੇ ਬੈਠੇ ਆ, ਕੋਈ ਗੱਦੀ ਨਹੀਂ ਲਾਈ, ਭਾਈ ਬਾਲਾ ਜੀ ਨੂੰ ਉੱਚੀ ਗੱਦੀ ਤੇ ਬਿਠਾਇਆ, ਕਿਉਂਕਿ ਗੁਰੂ ਦੀ ਕਥਾ ਸੁਣਾਉਣ ਲੱਗੇ। ਅਦਬ ਹੈ, ਸਤਿਕਾਰ ਹੈ, ਆਪ ਸੱਚੇ ਪਾਤਸ਼ਾਹ ਭੁੰਜੇ ਸੰਗਤ ਨਾਲ ਬੈਠੇ ਨੇ। ਕਹਿੰਦੇ, ਬਾਲਾ ਜੀ ਮੁਖਾਰ ਬਿੰਦ ਤੋਂ ਸਤਿਗੁਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜੀਵਨ ਦੇ ਕੁਝ ਪ੍ਰਸੰਗ ਸੁਣਾਉਂਦੇ। ਕਿੰਨੀ ਕਸ਼ਿਸ਼ ਹੋਣੀ, ਕਿੰਨੀ ਪ੍ਰੀਤ ਹੋਣੀ, ਕਿੰਨੀ ਪ੍ਰਬਲ ਇੱਛਾ ਹੋਏਗੀ। ਭਾਈ ਬਾਲਾ ਜੀ ਨੇ ਨੇਤਰ ਬੰਦ ਕਰ ਲਏ, ਚੌਂਕੜਾ ਲਾ ਲਿਆ, ਗੁਰੂ ਨਾਨਕ ਪਾਤਸ਼ਾਹ ਦੀ ਮਹਿਮਾ ਸੁਣਾਉਣ ਲੱਗ। ਗੁਰੂ ਅੰਗਦ ਦੇ ਮਹਾਰਾਜ ਚੌਂਕੜਾ ਲਾਇਆ, ਦੋਨੇ ਹੱਥ ਜੋੜੇ, ਨੇਤਰ ਬੰਦ ਕਰਕੇ ਸੱਜਣ ਦੇ ਧਿਆਨ ਵਿੱਚ ਜੁੜ ਗਏ। ਸਿੱਖ ਸੰਗਤ ਜਹਿ ਮਿਲ ਸਮਦਾਇਆ, ਤਹਾਂ ਬਸਿਓ ਸਭ ਹਿਨ ਮਨ ਪਾਇਆ। ਸਾਰੀਆਂ ਸਿੱਖ ਸੰਗਤਾਂ ਦੇ ਵਿੱਚ ਇਸ ਗੱਲ ਦਾ ਰੌਲਾ ਪੈ ਗਿਆ, ਖਡੂਰ ਸਾਹਿਬ ਦੀ ਸੰਗਤ ਇਕੱਤਰ ਹੋ ਗਈ। ਉਹ ਸੰਗਤਾਂ ਕਹਿੰਦੀਆਂ, ਅਸੀਂ ਕਿਉਂ ਵਾਂਝੇ ਜਾਈਏ, ਜਦ ਗੁਰੂ ਨਾਨਕ ਪਿਆਰੇ ਦੀ ਕਥਾ ਹੋਣ ਲੱਗੀ ਤੇ ਅਸੀਂ ਘਰ ਕਿਵੇਂ ਬਹਿ ਸਕਦੇ ਹਾਂ। ਕਹਿੰਦੇ ਜੀ, ਸਤਿਗੁਰਾਂ ਦੇ ਦਰਬਾਰ ਵਿੱਚ ਬੜੀ ਦੂਰ ਤੱਕ ਸੰਗਤ ਬੈਠੀ ਹੈ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਦਰਬਾਰ ਸਾਹਿਬ ਖਡੂਰ ਸਾਹਿਬ ਸੁਭਾਈਮਾਨ ਹੈ,
ਇਹ ਉਸ ਅਸਥਾਨ ਦੀ ਘਟਨਾ ਹੈ। ਭਾਈ ਬਾਲਾ ਦੀ ਨੇਤਰ ਬੰਦ ਕਰਕੇ ਬਚਨ ਲੱਗੇ ਸੁਣਾਉਣ, ਕਹਿੰਦੇ ਬੜੀ ਗੜਕਵੀਂ ਆਵਾਜ਼ ਸੀ, ਉੱਚੀ ਆਵਾਜ਼ ਵਿੱਚ। ਜਦ ਉਹ ਪਿਆਰ ਦਾ ਰਿਦਮ ਛੇੜਿਆ, ਕਹਿੰਦੇ ਆਪ ਮੁਹਾਰੇ ਸੰਗਤਾਂ ਸੁਸਰੀ ਦੇ ਵਾਂਗ ਬਹਿ ਗਈਆਂ। ਉਹ ਪ੍ਰੀਤਮ ਦੀਆਂ ਬਾਤਾਂ ਹੀ ਐਸੀਆਂ ਨੇ। ਇਸ ਸੰਗਤ ਵਿੱਚ ਇਹ ਨਹੀਂ ਪਤਾ ਲੱਗਦਾ ਕੋਈ ਜਿਉਂਦਾ ਵੀ ਬੈਠਾ ਹੈ। ਐਸੀ ਹਾਲਤ ਹੋ ਗਈ, ਚਿੜੀ ਚੁਗਦੀ ਨਹੀਂ। ਕਹਿੰਦੇ ਚੌਪੜੇ ਲੱਗੇ ਨੇ, ਸਿੱਖ ਸੰਗਤਾਂ ਦੇ ਧਿਆਨ ਕੇਂਦਰਿਤ ਹੋ ਗਏ ਨੇ। ਨਿਸਮੈ ਭਨਟ ਰਹਿਓ ਤਿੰਨ ਸਾਥ, ਸ਼੍ਰੀ ਨਾਨਕ ਕੀ ਸੁੰਦਰ ਗਾਥਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜੀਵਨ ਕਥਾ ਸੰਖੇਪ ਮਾਤਰ ਭਾਈ ਬਾਲਾ ਜੀ ਸੁਣਾ ਰਹੇ ਨੇ। ਗੁਰੂ ਅੰਗਦ ਦੇ ਮਹਾਰਾਜ ਜੀ ਦਾ ਲੱਗਿਆ ਚੌਂਕੜਾ ਨੇਤਰ ਬੰਦ, ਕਹਿੰਦੇ ਤਿਪ ਤਿਪ ਕਰ ਅੱਖਾਂ ਵਿੱਚ ਹੰਝੂ ਡਿੱਗਦੇ ਆ। ਰਾਤ ਦੇ 10 ਵਜ ਗਏ, ਸੁਣਾਉਣ ਵਾਲੇ ਨੇ ਸਮਾਂ ਨਹੀਂ ਲਿਖਿਆ ਤੇ ਨਾ ਸੁਣਨ ਵਾਲੇ ਨੇ। ਅੱਧੀ ਰਾਤ 12 ਵਜੇ ਦਾ ਸਮਾਂ ਹੋਇਆ, ਗੁਰੂ ਅੰਗਦ ਦੇ ਮਹਾਰਾਜ ਨੇ ਨੇਤਰ ਖੋਲੇ, ਕਹਿੰਦੇ ਪਿਆਰਿਆ ਹੋ ਸੁਣਾ, ਕਿਹੋ ਜਿਹਾ ਸਮਾਂ ਹੋਣਾ ਕੋਈ? ਅਸੀਂ ਤੇ ਇਹੋ ਜਿਹੇ ਕਲਯੁਗੀ ਜੀਵ ਆ, ਕਿਤੇ ਭੁੱਲ ਭੁਲੇਖੇ ਗੁਰਦੁਆਰੇ ਆ ਜੀ, ਸਾਥੋਂ ਤੇ ਅੱਧਾ ਘੰਟਾ ਨਹੀਂ ਰਹਿ ਹੁੰਦਾ। ਤੇ ਵੱਡੇ ਭਾਗ ਨੇ ਉਹਨਾਂ ਦੇ ਜਿਹਨਾਂ ਦਾ ਚੌਂਕੜਾ ਲੱਗ ਕੇ ਸਮੇਂ ਦਾ ਹੀ ਨਹੀਂ ਪਤਾ ਲੱਗਦਾ ਕਿੰਨਾ ਹੋ ਗਿਆ। ਇਹ ਹੁੰਦਾ ਕਦੋਂ ਹੈ? ਜਦ ਆਨੰਦ ਵਰਤੇ ਨਾ, ਉਦੋਂ ਆ ਘੜੀਆਂ ਸੂਈਆਂ ਰੁਕ ਜਾਂਦੀਆਂ ਨੇ। ਏਦਾਂ ਲੱਗਦਾ ਇੱਕ ਘੰਟਾ, ਦੋ ਘੰਟੇ, ਕੁਛ ਮਿੰਟਾਂ ਦੇ ਸੀ। ਅੱਧੀ ਰਾਤ ਤੋਂ ਉੱਪਰ ਦਾ ਸਮਾਂ ਹੋ ਗਿਆ, ਪਤਾ ਹੀ ਨਹੀਂ ਲੱਗਿਆ ਵੀ ਰਾਤ ਲੰਘ ਕਦੋਂ ਗਈ। ਅੰਮ੍ਰਿਤ ਵੇਲੇ ਤੱਕ ਭਾਈ ਬਾਲਾ ਜੀ ਸੁਣਾ ਰਹੇ ਨੇ, ਗੁਰੂ ਸਾਹਿਬ ਸੁਣ ਰਹੇ ਨੇ, ਉਹ ਫੇਰ ਸੁਣਾਉਂਦੇ ਨੇ। ਕਹਿੰਦੇ ਸੁਣਾਉਂਦਿਆਂ ਸੁਣਾਉਂਦਿਆਂ ਸੂਈਆਂ ਡਿੱਗੀਆਂ, ਵਕਤ ਡਿੱਗਿਆ, ਸਵੇਰ ਦੇ 4 ਵਜ ਗਏ। ਕੈਸਾ ਆਨੰਦ ਵਰਤਦਾ ਜਦ ਸੁਣਨ ਵਾਲਿਆਂ ਨੂੰ ਭੁੱਖ ਨਹੀਂ ਲੱਗਦੀ, ਜਦ ਸੁਣਨ ਵਾਲੇ ਪਰੇਸ਼ਾਨ ਨਹੀਂ ਹੋ ਰਹੇ। ਉਹ ਅੱਜ ਤੇ ਇੰਨਾ ਕਲਯੁਗ ਦਾ ਜ਼ਮਾਨਾ ਹੈ, ਪਹਿਲਾਂ ਤੇ ਨਿਤਨੇਮ ਬਾਣੀ ਪੜ੍ਹ ਨਹੀਂ ਸਕਦੇ, ਜੇ ਕਿਤੇ ਪੜ੍ਹ ਲਈਏ ਤੇ ਸਾਨੂੰ ਫੋਨ ਨਹੀਂ ਟਿਕਣ ਦਿੰਦਾ। ਬੜਾ ਔਖਾ ਕੰਮ ਹੈ, ਕਿਸੇ ਨਾ ਕਿਸੇ ਦਾ ਆਉਂਦਾ ਹੀ ਰਹਿੰਦਾ, ਮੈਸੇਜ ਆ ਗਿਆ, ਨੋਟੀਫਿਕੇਸ਼ਨ ਆ ਗਿਆ। ਇਹ ਕਲਯੁਗ ਦੀ ਸਭ ਤੋਂ ਵੱਡੀ ਵਿਰਾਸਤ ਹੈ। ਬਾਣੀ ਪੜ੍ਹਦਿਆਂ ਵੀ ਮਨ ਏਕਾਗਰ ਨਹੀਂ ਹੁੰਦਾ। ਕਹਿੰਦੇ ਉਦੋਂ ਬੈਠੇ ਸੀ ਸਿੱਖ ਸੰਗਤਾਂ ਵਿੱਚੋਂ ਵੀ ਕੋਈ ਉੱਠ ਕੇ ਨਾ ਪਾਣੀ ਪੀਣ ਗਿਆ ਨਾ ਸੌਣ ਗਿਆ, ਸਵੇਰਾ ਵੀ ਬਤੀਤ ਹੁੰਦਾ ਗਿਆ। ਭਾਈ ਬਾਲਾ ਜੀ ਪਿਆਰ ਵਿੱਚ ਭਿੱਜੇ ਹੋਏ ਗੁਰੂ ਨਾਨਕ ਸਾਹਿਬ ਦੀ ਮੈਂ ਮੰਗ ਆਉਂਦੇ ਨੇ। ਅੰਗਦ ਮਗਨ ਲੱਗਿਓ ਮਨ ਧਿਆਨ, ਆਸਣ ਬੈਸਿਓ ਕਵੀ ਰਾਜ ਭਾਈ ਸੰਤੋਖ ਸਿੰਘ ਲਿਖਦੇ ਨੇ, ਗੁਰੂ ਅੰਗਦ ਦੇ ਮਹਾਰਾਜ ਸਾਰੀ ਰਾਤ ਇੱਕ ਚੌਂਕੜੇ 'ਚ ਬੈਠੇ ਰਹੇ। ਉਹ ਕਿੰਨਾ ਪਿਆਰ ਹੋਣਾ, ਇਹ ਪ੍ਰੇਮ ਦੀ ਨਿਸ਼ਾਨੀ ਹੁੰਦੀ ਹੈ। ਜੇ ਕਥਾ ਵਿੱਚ ਬੈਠੇ ਹਾਂ, ਸਾਡਾ ਚੌਂਕੜਾ ਲੱਗਿਆ, ਇੱਕ ਘੰਟਾ ਸਾਨੂੰ ਨਹੀਂ ਪਤਾ ਲੱਗਿਆ ਨਾ, ਤੇ ਸੱਚ ਜਾਣੇ ਤੁਸੀਂ ਲੱਤਾਂ ਨਹੀਂ ਹਿਲਾਓਗੇ। ਇਹ ਆਨੰਦ ਦੀ ਨਿਸ਼ਾਨੀ ਹੈ। ਤੇ ਜੇ ਗੋਡੇ ਮੁੱਦੇ ਮਾਰ ਲਏ, ਜੇ ਕਰ ਲਏ ਸਿੱਧੇ, ਸੱਚੀ ਦਿਲ ਤੇ ਹੱਥ ਰੱਖ ਕੇ ਦੱਸਿਓ ਵੀ ਇੱਕ ਮਿੰਟ ਵੀ ਮਨ ਡਿੱਗਿਆ ਕਿ ਨਹੀਂ ਡਿੱਗਿਆ। ਚੌਂਕੜਾ ਕਾਹਦੀ ਨਿਸ਼ਾਨੀ ਹੈ? ਇਕਾਗਰਤਾ ਦੀ। ਤੇ ਜੇ ਇੱਕ ਘੰਟਾ ਵੀ ਬੈਠੇ ਹਾਂ, ਆਪਾਂ ਆਪਣੀ ਸੰਸਾਰੀ ਗੱਲ ਕਰਦੇ ਹਾਂ, ਇੱਕ ਘੰਟਾ ਬੈਠੇ ਹਾਂ, ਸਾਨੂੰ ਆਪਣੇ ਸਰੀਰ ਦਾ ਪਤਾ ਹੀ ਨਹੀਂ ਕਿੱਥੇ ਬੈਠੇ ਹਾਂ, ਤੇ ਸਮਝੋ ਉਸ ਆਨੰਦ ਦਾ ਗੂੰਤਾ ਲੱਗ ਰਿਹਾ। ਗੁਰੂ ਅੰਗਦ ਦੇ ਮਹਾਰਾਜ 11 ਘੰਟੇ ਰਾਤ ਦੇ ਬਤੀਤ ਹੋ ਗਏ ਨੇ, ਪੈਰਾਂ ਦਾ ਅੰਗੂਠਾ ਵੀ ਸਤਿਗੁਰਾਂ ਨੇ ਹਿਲਾਇਆ ਤੱਕ ਨਹੀਂ ਹੈ। ਲੰਬਾ ਦੜ ਹੈ, ਨੇਤਰਾਂ 'ਚ ਅਥਰੂ ਜਾ ਰਹੇ ਆ, ਅੱਖਾਂ ਵੀ ਖੁੱਲੀਆਂ ਨਾ। ਕਹਿੰਦੇ ਪਿਆਰ ਵਿੱਚ ਜੁੜੇ ਹੋਏ ਆ, ਇੱਦਾਂ ਬੈਠੇ ਮੂਰਤ ਬਣ ਕੇ ਜਿਵੇਂ ਪੱਥਰ ਦੀ ਮੂਰਤ ਹੋ ਗਈ, ਅੰਦਰਾਂ ਪਿਘਲਿਆ ਹੋਇਆ। ਭਾਈ ਬਾਲਾ ਦੀ ਲੋਈ ਦੀ ਮਾਰ ਕੇ ਬੁੱਕਲ ਸਤਿਗੁਰਾਂ ਦੇ ਸਨਮੁਖ, ਬੜੇ ਪਿਆਰ ਵਿੱਚ ਅਦਬ ਵਿੱਚ ਭਿੱਜ ਕੇ ਸਾਰੀ ਰਾਤ ਸੁਣਾਉਂਦੇ ਰਹੇ, ਇੱਕ ਵਾਰ ਵੀ ਉਦੋਂ ਮਿੰਟ ਲਈ ਚੁੱਪ ਨਹੀਂ ਹੋਈ। ਕਹਿੰਦੇ ਰਸ ਬੰਨੇ ਆ ਗਿਆ, ਜਿੱਥੇ ਗੁਰੂ ਸਾਹਿਬ ਬੈਠੇ ਸੰਗਤਾਂ ਵੀ ਮੰਤਰ ਮੁਗਧ ਹੋਈਆਂ ਬੈਠੀਆਂ ਨੇ, ਕਿਸੇ ਨੂੰ ਰਾਤ ਦਾ ਪਤਾ ਨਾ ਲੱਗਿਆ। ਉਨ ਭੂਖਣ ਪ੍ਰਕਾਸ਼ਤ ਪਇਓ, ਛੁਟੀ ਸੰਵਾਦ ਸੁਨਾਨਨ ਕਯੋ। ਅੰਮ੍ਰਿਤ ਵੇਲੇ ਭਾਈ ਬਾਲਾ ਦੀ ਸੰਗਤ ਦੀ ਬੇਨਤੀ ਪ੍ਰਵਾਨ ਕਰਕੇ ਉਹਨਾਂ ਨੇ ਕਥਾ ਸੰਕੋਚੀ, ਕਿਉਂਕਿ ਸਿੱਖਾਂ ਨੇ ਕਿਹਾ ਵੀ ਗੁਰੂ ਸਾਹਿਬ ਸਮਾਧੀ ਅਸਥਿਰ ਹੋ ਗਏ, ਜੇ ਕਥਾ ਬੰਦ ਨਹੀਂ ਕਰੋਗੇ ਤੇ ਸਤਿਗੁਰ ਸਰੀਰਕ ਤੌਰ ਤੇ ਵਾਪਸ ਨਹੀਂ ਆਉਣਗੇ।
ਇੰਨਾ ਆਨੰਦ ਵਧਿਆ ਸੀ। ਕਹਿੰਦੇ ਜੀ ਅੰਮ੍ਰਿਤ ਵੇਲੇ ਜਦੋਂ ਸੂਰਜ ਦੀ ਪਹਿਲੀ ਟਿੱਕੀ ਚੜ੍ਹੀ ਨਾ ਕਿਰਨ, ਭਾਈ ਬਾਲਾ ਜੀ ਆਨੰਦ ਹੋ ਗਏ, ਚੁੱਪ ਹੋ ਗਏ। ਕਿੰਨੀ ਦੇਰ ਤੱਕ ਗੁਰੂ ਅੰਗਦ ਦੇਵ ਮਹਾਰਾਜ, 7 ਤੋਂ 8 ਵੱਜ ਗਏ, ਕਥਾ ਵੀ ਬੰਦ ਹੋ ਗਈ, ਨਿੰਦਰ ਨਹੀਂ ਖੁੱਲੀ। ਬਿਸਮਾਤ ਦਾ ਰਸ ਹੈ, ਇਹ ਆਨੰਦ ਹੈ। ਕਹਿੰਦੇ ਥੋੜ੍ਹੀ ਦੇਰ ਬਾਅਦ ਜਦੋਂ ਸੂਰਜ ਚੜ੍ਹਿਆ, ਮਰਦ ਨੇ ਕਬਰ ਸਰੀਖੇ ਨੇਤਰ ਖੋਲ੍ਹੇ। ਨੇਤਰ ਖੋਲ੍ਹਣ ਸਾਰ ਉਹ ਕਥਾ ਸੁਣਾਉਣ ਵਾਲਾ ਰੱਬ ਦਾ ਪਿਆਰਾ ਭਾਈ ਬਾਲਾ ਚੌਂਕੜਾ ਮਾਰੀ ਬੈਠਾ, ਉਹ ਵੀ ਉੱਠ ਕੇ ਨਹੀਂ ਗਿਆ। ਅੱਖਾਂ ਖੋਲੀਆਂ, ਗੁਰੂ ਨਾਨਕ ਦਾ ਸਰੂਪ ਭਾਈ ਬਾਲੇ ਨੂੰ ਵੇਖਿਆ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸੀਸ ਨਵਾ ਦਿੱਤਾ, ਸਤਿਨਾਮ। ਰੱਬ ਦੀ ਮਹਿਮਾ ਸੁਣਾਉਣ ਵਾਲਿਆਂ ਦਾ ਇੰਨਾ ਆਦਰ ਮਰਦ ਕਰਦੇ ਆ, ਆਪਾਂ ਕਿੱਥੇ ਹੋ ਸਕਦੇ ਉਹਨਾਂ ਦੇ ਬਰਾਬਰ। ਮੇਰੇ ਵਰਗਾ ਅੱਧਾ ਘੰਟਾ ਕਥਾ ਸੁਣਾ ਕੇ ਵੀ 20 ਵਾਰ ਗੋਡੇ ਸਿੱਧੇ ਕਰਦਾ ਹੈ, 20 ਵਾਰ ਲੱਤਾਂ ਕੱਠੀਆਂ ਕਰਦਾ ਹੈ। ਅਸੀਂ ਤਾਂ ਕਲਯੁਗੀ ਜੀਵ ਹਾਂ। ਧੰਨ ਦੇ ਭਾਈ ਬਾਲਾ ਜੀ, ਕਹਿੰਦੇ ਸਾਰੀ ਰਾਤ ਪਿਆਰ ਵਿੱਚ ਭਿੱਜ ਕੇ ਕਥਾ ਕਰਦੇ ਰਹੇ। ਗੁਰੂ ਅੰਗਦ ਦੇਵ ਮਹਾਰਾਜ ਸੁਰਤ ਦਾ ਗੇੜਾ ਨਾਲ ਹੀ ਲਾਇਆ ਏ। ਸਵੇਰ ਵੇਲਾ ਹੋਇਆ, ਨੇਤਰ ਪ੍ਰਕਾਸ਼ ਹੋਏ ਨੇ। ਵੈਸੇ ਬਹੁਰ ਬੁਲਾਇਓ ਬਾਲਾ, ਬੰਦਨ ਕਰੇ ਆਨ ਤਤਕਾਲਾ। ਥੋੜੀ ਦੇਰ ਵਾਸਤੇ ਸਤਿਗੁਰ ਜੀ ਉੱਠੇ ਨੇ, ਇਸ਼ਨਾਨ ਕੀਤਾ। ਦੇਖੋ ਸੁੱਤੇ ਵੀ ਸਮਝਾ, ਕੈਸੀ ਪ੍ਰੀਤ ਹੋਣੀ, ਕੈਸਾ ਪਿਆਰ ਹੋਣਾ। ਇਹ ਪਿਆਰ ਦੀ ਨਿਸ਼ਾਨੀ ਆ, ਰਾਤਾਂ ਨੂੰ ਨੀਂਦਾਂ ਨਹੀਂ ਆਉਂਦੀਆਂ, ਦਿਨ ਨੂੰ ਚੈਨ ਵੀ ਨਹੀਂ ਆਉਂਦਾ। ਕਹਿੰਦੇ ਇਸ਼ਨਾਨ ਕਰਨ ਤੋਂ ਬਾਅਦ ਹਲਕਾ ਫੁਲਕਾ ਭੋਜਨ ਦਲੀਆ ਛਕਿਆ, ਮਰਦ ਫੇਰ ਆ ਗਏ। ਬੇਨਤੀ ਕਰਦੇ ਆ, ਸਿੱਖੋ ਭਾਈ ਬਾਲਾ ਜੀ ਨੂੰ ਲੈ ਕੇ ਆਓ, ਅਦਬ ਨਾਲ ਲੈ ਕੇ ਆਇਓ। ਉਹ ਆਪ ਗੁਰੂ ਨਾਨਕ ਦਾ ਰੂਪ ਨੇ, ਜਦਕਿ ਆਪ ਗੁਰੂ ਅੰਗਦ ਦੇ ਮਹਾਰਾਜ ਗੁਰਗੱਦੀ ਦੇ ਵਾਰਸ ਨੇ। ਨਿਮਰਤਾ ਕਿੱਡੀ ਵੱਡੀ ਹੈ। ਭਾਈ ਬਾਲਾ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ, ਕਹਿੰਦੇ ਉਹ ਵੀ ਇਸ਼ਨਾਨ ਕਰਕੇ ਥੋੜਾ ਜਿਹਾ ਭੋਜਨ ਛੱਡ ਕੇ ਦਰਬਾਰ ਵਿੱਚ ਆਣ ਪੁੱਜੇ ਨੇ। ਦੋਹਰ ਗੁਰ ਅੰਗਦ ਸ੍ਰੀ ਮੁਖ ਕਹਿਓ, ਸਭ ਇਤਿਹਾਸ ਸੁਣਾਓ। ਉਸ ਵੇਲੇ ਗੁਰੂ ਅੰਗਦ ਦੇ ਮਹਾਰਾਜ ਬੜੇ ਅਦਬ ਦੇ ਨਾਲ ਗੁਰਗੱਦੀ ਤੋਂ ਉੱਠੇ ਨੇ। ਭਾਈ ਬਾਲਾ ਜੀ ਨੂੰ ਜੀ ਆਇਓ ਆਖਿਆ, ਕੋਲ ਬਿਠਾ ਲਿਆ। ਪਤਾ ਕੀ ਕਹਿੰਦੇ? ਭਾਈ ਬਾਲਾ ਜੀ, ਗਰੀਬ ਤੇ ਕਿਰਪਾ ਕਰੋ, ਗੁਰੂ ਅੰਗਦ ਦੇ ਪਾਤਸ਼ਾਹ ਦੇ ਵਿੱਚ ਰੱਬ ਆਪਣੇ ਆਪ ਨੂੰ ਗਰੀਬ ਮੰਨਦਾ ਹੈ। ਇਹ ਕੀ ਹੈ? ਨਿਮਰਤਾ। ਇਹ ਹਲੀਮੀ ਆ ਉਹਨਾਂ ਦੇ ਜੀਵਨ ਦੀ। ਐਡੇ ਵੱਡੇ ਹੋ ਕੇ ਵੀ ਆਪਣੇ ਆਪ ਨੂੰ ਸਾਰੀ ਬਾਣੀ ਪੜ੍ਹ ਲਓ। ਨਾਨਕ ਦਾਸ ਮੁਖ ਤੇ ਜੋ ਬੋਲੇ, ਦਾਸ ਸ਼ਬਦ ਬੇਨਤੀਆਂ ਸ਼ਬਦ, ਨਾਨਕ ਕੀ ਪ੍ਰਭ ਸੁਣੋ ਬੇਨੰਦੀ। ਕਿਤੇ ਹੁਕਮ ਸੁਣਾਇਆ ਗੁਰੂ ਨਾਨਕ ਸਾਹਿਬ ਨੇ, ਕੋਈ ਇੱਕ ਪੰਗਤੀ ਪੜ੍ਹ ਕੇ ਦੱਸ ਦਿਓ। ਕਿਤੇ ਮਹਾਰਾਜ ਨੇ ਕਿਹਾ ਹੋਵੇ ਵੀ ਨਾਨਕ ਦਾ ਹੁਕਮ ਏਦਾਂ ਹੈ, ਨਾਨਕ ਏਦਾਂ ਆਖਦੇ ਨੇ, ਆ ਕਰਿਆ ਕਰ। ਨਹੀਂ, ਹਰ ਥਾਂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦਸੇ ਰੂਪਾਂ ਵਿੱਚ ਵਰਤ ਕੇ ਸੇਵਕ ਸ਼ਬਦ ਵਰਤਦੇ ਰਹੇ ਨੇ, ਤੇ ਸਾਡੀ ਬੁੱਧੀ ਐਡੀ ਭ੍ਰਿਸ਼ਟ ਹੋ ਗਈ। ਅਸੀਂ ਸਿੱਖ ਬਣ ਕੇ ਵੀ ਜਥੇਦਾਰ ਤੋਂ ਘਰ ਜਾਂਦੀ ਆਖ ਸਤਨਾਮ, ਸਾਡੇ ਤੇ ਤਖੱਲਸੀ ਬਹੁਤ ਵੱਡੇ ਜਿਹੜੇ ਸਾਨੂੰ ਨਰਕਾਂ ਨੂੰ ਲੈ ਕੇ ਜਾਣਗੇ। ਧੰਨ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ, ਭਾਈ ਬਾਲਾ ਜੀਓ, ਕਿਰਪਾ ਕਰਕੇ ਸਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇਤਿਹਾਸ ਸੁਣਾਓ। ਇਤਿਹਾਸ ਕੀ ਹੁੰਦਾ? ਅਖਰੀ ਅਰਥ ਕਰ ਲਓ, ਇਤੀ ਨਾਮ ਜੋ ਬੀਤ ਚੁੱਕਿਆ, ਹਾਸ ਨਾਮ ਜੋ ਭਾਣੇ ਵਾਪਰੇ ਨੇ, ਚੋਦ ਵਾਪਰੇ ਆ, ਜੋ ਹੋ ਚੁੱਕਿਆ ਉਹਨੂੰ ਕਿਹਾ ਜਾਂਦਾ ਇਤਿਹਾਸ, ਜੋ ਬੀਤਿਆ ਹੋਇਆ ਹਕੀਕਤ ਹੈ, ਤੇ ਜੋ ਝੂਠਾ ਹੋਵੇ ਕਾਲਪਨਿਕ ਹੋਵੇ ਉਹਨੂੰ ਕਿਹਾ ਜਾਂਦਾ ਮਿਥਿਹਾਸ, ਮਿਥੋਲੋਜੀ। ਗੁਰੂ ਅੰਗਦ ਦੇ ਮਹਾਰਾਜ ਕਹਿੰਦੇ, ਪਿਆਰੇ ਜੀਓ, ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪਿਆਰਾ ਜਿਹਾ ਇਤਿਹਾਸ ਆਪਣੀ ਰਸਨਾ ਤੋਂ ਸੁਣਾ ਦਿਓ। ਸ੍ਰੀ ਨਾਨਕ ਕੇ ਜਨਮ ਤੇ ਸਕਲ ਕਥਾ ਸਮਝਾਓ। ਜੇ ਪਿਆਰਿਓ ਕਿਰਪਾ ਕਰੋ ਸਾਡੇ ਤੇ। ਦੇਖੋ ਅਰਦਾਸ ਕਰਦੇ ਆ ਗੁਰੂ ਅੰਗਦ ਦੇਵ ਮਹਾਰਾਜ ਪਿਆਰ ਦੀ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਬਚਪਨ, ਉਹਨਾਂ ਦੀ ਜਵਾਨੀ, ਉਹਨਾਂ ਦੇ ਬੁਢਾਪੇ ਸਮੇਂ ਦੇ ਚੋਦ ਜੇ ਤੁਸੀਂ ਸਾਡੇ ਤੇ ਦਇਆ ਕਰਕੇ ਸਾਰੇ ਸੁਣਾ ਦਿਓ। ਕਹਿੰਦੇ ਆ ਜਦੋਂ ਨਿਮਰਤਾ ਵੇਖੀ ਨਾ, ਭਾਈ ਬਾਲਾ ਜੀ ਦੇ ਹੱਥ ਜੁੜੇ ਹੋਏ ਆ, ਕੀ ਬੋਲੀਏ ਰੱਬ ਅੱਗੇ। ਰੱਬ ਇੰਨੀ ਨਿਮਰਤਾ ਤੇ ਆ ਗਿਆ, ਇੰਨੀ ਨਿਰਵਾਨਤਾ ਤੇ ਆ ਗਿਆ, ਸਿੱਖ ਜਾਨ ਵੀ ਆਪਣੀ ਦੇ ਦੇ ਤੇ ਤਾਂ ਵੀ ਛੋਟੀ ਹੈ। ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ, ਜੇ ਕਿਰਪਾ ਕਰਦੇ ਹੋ, ਅਹਿਸਾਨ ਕਰਦੇ ਹੋ ਸਾਡੇ ਤੇ ਮਹਾਂਪੁਰਖੋ,
गुरु साहब दे जीवन चरित्र उन्हां दे चोर सुना दियो। चौपाई बाले गुर प्रत गिरा उचारी, जन्म कथा अनजान अगारी। सतगुरां दे प्यार दी बेनती नूं सुन के भाई बाला जी बड़ी मिठी आवाज विच धीमे सुर विच कहण लगे, पातशाह जीओ मैं कौन आ गुरु नानक साहब दी कथा सुनाउण वाला, मैं नहीं जानदा उहनां दी कथा की है। एक जी कछ कही ना जाए, भली ना जाए। गुरु नानक की कथा ते ऐसी है लखा जीबा लाके भी सारी जिंदगी शेष नाग वर्गी उहदे नां जपदे रहे किसे अंत पाए, कोई सुना सकदा है? भाई बाला जी कहिंदे महाराज मैं ये कथा नहीं सुना सकदा। क्यों क्यों नहीं सुना सकते? कारण की है? एक निम्रता है। वो किथे बोलते हैं, किहड़े संदर्भ च बोलते हैं? दो भाव ने, तेरे कवन कवन गुण कह कह गावा, तू साहिब गुणी ने दाना, तुम्हारी महिमा वर्ण न सको, तू ठाकुर ऊच परभना। अमृत भजन गा करके भाई बाला जी कहते, पातशाह गुरु नानक साहब महाराज के बचपन के चोर सुनाने इस एक जीव के वस का काम ही नहीं है, आखो सारे नाम मर्द कहते प्यारे हो समर्थों तुम सुनाओगे सुना सकते हो? कहते महाराज मैं गुरु साहब के बचपन बारे कुछ भी नहीं जानता, कुछ भी नहीं जानता। एडी निम्रता, सारी कथा लिखाने वाले कहते मैं कुछ नहीं जानता, मेरे वर्गे नूं छेड़ के वेखो। कहिंदा लै जिन्नी नॉलेज दुनिया की मैनू दुनिया नूं है ही नहीं। अपने घर च किन्ने इदां दे हुंदे जिन्हों मर्जी छेड़ दो, चार किताबां पढ़ के वह कहिंदा लै जिन्नी इनफॉर्मेशन मैनू है, जिन्नी नॉलेज मैनू है, तू तो जमे ही नहीं। प्यारे जिन्ना रुखां दे फल मिठे हुंदे आ ना उह सदा नीवे हुंदे ने। बाणी की कहिंदी है, मिठत नीवी नानका गुण जगियां तत, गुण होणगे तत होणगे जिथे उथे निम्रता की मिठास होएगी, वो जिथे आकड़ होगी उथे विद्वानी भी चूल्हे चले जाती है। कोई लख अर्थ करने जाता हो मेरे वर्गा लख कथा करी जाए, माफ करियो जे जीवन में सादगी नहीं, जीवन में निम्रता नहीं, बड़िया का सत्कार ते छोटिया का प्यार नहीं, ना किसी काम नहीं आना ये ज्ञान। सिर्फ बिना होवे तो किसी काम नहीं। भाई बाला जी कहते महाराज ये कथा मैथों नहीं सुनाई जा रही। गुरु अंगद के पातशाह जान के निम्रता च बोलते हैं, कहते पुरखा क्यों क्यों नहीं सुना सकते? कहते महाराज मैं सतगुरां का बचपन नहीं देखिया, नहीं देखिया। बड़ी डूंगी गल होगी। नाल रहन वाले जिंदगी बतीत करने वाले आखते हैं मैं बचपन तो अनजान हाँ, बहुत नरन ते ए बिद सुनी, सो तुम पास बखानत गुनी। इस करके नहीं पातशाह सुना सकता क्योंकि जिस वेले गुरु नानक साहब महाराज प्रगट होए ना अवतार होया उदो मेरी उम्र सिर्फ 3 साल सी। 3 साल का बच्चा की जान सकता है, की समझ सकता है? मैं ते आप मर्द रुड़दा सी, मैं कितों वेख्या गुरु नानक साहब के चोजा। उन्होंने पहला बचन की आख्या जब माता त्रिपता दे वेड़े आए उदो की होया, की घटनावां वापरियां नहीं जान देना। हाँ जे उम्र का 20 साल का फर्क है फिर पता की होया। यह निम्रता भी सी ते सच भी सी। कहिंदे महाराज सुनावांगा जरूर, सुनिया पिंड दियां लोकां नूं जो सुने। कोई भी इंसान होवे उहदे जद्दी पुश्ती पिंड तो जाके पता लगता हुंदा की सी जा की है जिथे रहिंदा हुंदा है, क्योंकि गुरु नानक साहिब महाराज की महिमा बच्चा बच्चा जान सारा पिंड जानदा। राय भोई की तलवंडी पंजाब का सब तो वड्डा पिंड सी। भाई बाला जी कहिंदे महाराज सुनिया मैं बहुत कुछ होया है, बड़ा कुछ सुनिया है बजुर्गों तो, बच्चियों तो, सियाणियों तो, भैणों तो, बीबियों तो, मावां तो, नहीं तो सुनदे सी
जिन्ना कुछ सुनिया मैं अपनी सुरत विच रखिया ते जे आप जी का हुक्म होएगा मैं सारा सुनाण दा जतन करांगा। उर्ज मास की पूर्णमासी निसंत सपत निशतर सुरासी। पातशाह इन्ना क सुने है भी कत्तक दी पूर्णमासी वाले दिन अवतार होया उदो बिंसत सत भाव सताई वन छत्तर सी। अज वालिया की पता नछत्र की होंगे संडे मंडे का पता जे कह दो ना भी सोमवार को आई कहते की होंगे मंडे सैटरडे याद है कुछ होता है जनवरी फरवरी का सानू जरूर पता साडे बच्चों को पता जे कह दो भी कत्तक पो माघ फगन कहते आ की होंगे जा पंजाब सानू नहीं पता लगता बेगमी समत की ने साडे पंजाबियों को नहीं पता क्रिश्चियनिटी का पता है ईसा कदों होया ये सबनों पता है गुरु नानक का अवतार कदों होया बहुते सिखा भी नहीं पता इन्ना का पता बस पूर्णमासी सुनी थी उदण हो कहते जी सताई का नछत्र सी ये पंडित विद्वान लोग जानते हैं नछत्र की होंगे सो समा नहीं है इस पासे विस्तार करिए कथा विच अगे जा के बोलना। भाई बाला जी कहते महाराज कत्तक की पूर्णमासी सी जिस दिन अवतार होया मेरे पिता जी भी कहते परिवार भी कहता सी सुनिया सारा कुछ है कि भाई बाला जी कुछ भुले हुए ने ब्रह्म ज्ञानी सिख ने सब कुछ जानते हैं जिहड़ा ब्रह्म ज्ञानी हुंदा ना उहदे सामने पुरानियां यादां ते आउण वाला समां इदां हुंदा जिवें थिएटर विच मूवी चलदी हुंदी है समझ रहे हो ना अखां सामने रील चलदी होवे ब्रह्म ज्ञानी कहा ही उसे जांदा है कोई अजकल ते माफ करियो पंजाब दी धरती ते ब्रह्म ज्ञानियां दा तोड़ा ही कोई नहीं बोरियां भरियां पईआं गड्ढे भरे पए आ ते किसे इक नूं पुछ लै भी आने वाले समय च मोदी ने कि पॉलिसी जारी करनी पता किसे ब्रह्म ज्ञानी कख नहीं पता नाम तरीक ब्रह्म ज्ञानी बड़े आ पर ब्रह्म ज्ञानी होना बड़ा औखा है वो है जो सतयुग तो पहला की सी कलयुग तो बाद की होएगा केवल एक ब्रह्म ज्ञानी जान सकता है ते जा जिहड़ा परमात्मा बारे जानी हो ब्रह्म ज्ञानी निम्रता केड़ी वड्डी है नहीं तो कोई साडे वर्गा हुंदा उहने कहिणा सी लै मैं मर जाणा इन्ने साल रहा मैथों जो मर्जी पुछो मैं सारा कुछ जानता जी। भाई बाला जी कहते मर्ज सुनिया सुनाया मैं सुना देंगा क्योंकि सुनिया भी हो जाता है जो सच हो गल्लां भी तां हुंदियां जे कोई गलबात हो जे कोई साडे बारे गल करता ठीक है 50% झूठी हो सकती है पर 50% वो गल्लां सच ने क्योंकि धुआं उत्थे निकलता जिथे अग मचदी हो। ते पुरातन समय जिहड़े पिंडां दे विच गल्लां हुंदियां सी कच्चियां अज वर्गियां नहीं सी अज जिन्ना इंटरनेट का जमाना जिन्ना डिजिटलाइजेशन हो गया है उन्ना झूठ का पसारा है बंदा घर बैठे ही फोन से कह दिंदा मैं घरे है नहीं इन्हां भोले लोगों को पता ही नहीं लगता भी साडी लोकेशन ट्रैक हो रही है दिस रही है कि नहीं जानते लोग अज की जनरेशन जानती है भी जे मैं अपने घर बैठा ना मेरी सारी लोकेशन दूजे के फोन से दिसदी मैं कितने बैठा नहीं अबाउट मेरे को कौन बैठा है किहड़े सैक्टर विच आ किहड़े फेस विच आ किन्नी ऐप्स ने सबनों सब कुछ पता है पर झूठ बोलने वाला अज भी कह दिंदा मैं इत्थे नहीं हाँ जी मैं ते आउट ऑफ स्टेशन झूठ का जमाना बुलंदा है झूठ उदों भी सी सतगुर नानक प्रगटिया मिटी धुंद जग चानण होआ आ कई भोले बेचारे प्रभात फीरियां चाही धुंद दा रौणा पाउंदे फिरदे कहिंदे जी धुंदा दे दिनां च महाराज ने जन्म लिया सी ओह इत्थे धुंदे थोड़ी है हो सकता है कत्तक दी पूर्णमासी अवतार वाले दिन मीह पैंदा होवे पत्तल चढ़िया होवे फिर कित्थे जाऊ धुंद कोई उत्थे धुंद है काले कर्मां दी पखंडां दी मिटी धुंद उदों मिटी है धुंद उदों मिटिया नेरा जग चानण होआ जदों सूरज रूप नानक धरती ते आए ते फिर कित्थे लोकां नूं चानण दी खंसो पई है अर्थ दे ने आ सवेरे सवेरे प्रभात पीरियां जोर लाया हुंदा जिहनूं मर्जी माइक फड़ के पुछ बाबा जी आ बड़ा संघ पड़ाया सतगुर नानक प्रगटिया मिटी धुंद जग चानण होया केड़ी धुंद है कहिंदे भगतां दिखदी नहीं बाहर सामने दिखदा कुछ नहीं आसे पासे धुंदी धुंद पई है साडे ते अर्थे इत्थे तक खड़े आ। भाई बाला ब्रह्म ज्ञानी सिख होके कहिंदा महाराज पिंड विचों पता करके मैं सुना सकदा क्योंकि जिहड़े पुराने बजुर्ग हुंदे आ ना जी उहनां दीआं गल्लां सौ आने सच्चियां हुंदियां ने ते अजकल वालिआं ते इतबार ना करिओ इह सच बोलदे कदे नहीं। भाई बाला कहते महाराज उत्थों पता लग सकता है पिंड तो ही पता लगेगा
क्योंकि सुने कत्तक की पूर्णमाशी वाले दिन अवतार हो उदो मेरी उम्र सिर्फ 3 साल की सी मैं बहुता कुछ जानता नहीं बेशक पता बड़ा कुछ है पर श्योर नहीं है क्योंकि बिना प्रूफ तो कीती हुई गल एविडेंस नहीं होता जो सतगुरां दे सन्मुख बचन कीते मर्द हस के कहिंदे भाई बाला जी सारा कुछ जानते हो ब्रह्म ज्ञानियां तो की छुपिया हुंदा है और सुनी सो करो उचारी पत्री जन्म लिखी दिज सारी सतगुरु जी जिन्ना कुछ मैं सुनिया इत्थे मैं होमे वाली नहीं है व्यक्तिगत वाचक है जिन्नी मैं सुनी है मर्द सारी सुनावांगा बजुर्गां तो मापियां तो सियाणियां तो जो सुनिया सुनावांगा पर हाँ असल डेट तरीक दा तां पता लग सकदा जे जन्म पत्री मिलेगी वो जन्म पत्री टेवे लाउण वास्ते नहीं है पुराने समय की जन्म पत्री अज के समय का बर्थ सर्टिफिकेट हूँ जे मेरा बर्थ सर्टिफिकेट नहीं है तो किसी को की पता मैं जमया नहीं जमया जिन्हें साढ़े काम होंगे आ कुछ भी खरीदना बेचना जे साडा आधार बने जे साडा बैंक लिंक होया कितने ना कि जो असं 10वीं 12वीं बी ए पास की है तो उस बर्थ सर्टिफिकेट की कृपा है वो रजिस्ट्रेशन करती है कि सारे पेपर बने हैं तो जे बंदे का बर्थ सर्टिफिकेट नहीं है उदा कोई आइडेंटिटी नहीं की करोगे पुराने समय के इस आइडेंटिटी जन्म पत्री कहा जाता से वो अलग गल आ भी पंडतों ने अजकल पखंड बनाया सिखा भी जवाब जो घर जमदा ना कोई वो भजे फिरते पंडतों को कहते जन्म पत्री बनाने जाना जी क्यों बनाने भाई ये पखंड है लै कहते बाबे नानक ने भी बनाई सी भी उदो कि डिजिटाइजेशन से उदो कोई यह जमाना से उदो पत्रियां बनाईया जांदियां सी तरीकां लिखियां जांदियां सी वी फलाने दे बच्चे दा जन्म फलाने दिन होया क्योंकि उस जमाने इहो जिहा सी उदो किहड़ा रजिस्ट्रेशन नहीं सी सरकारां दी उदो वी सब कुछ सी राजे महाराजे मुगलां दीआं सरकारां किहदे घर बच्चा जम्मिया किहड़ा फौत होया है सब लिखिया जांदा सी जिवें अज दे समय भाई बाला जी कहिंदे महाराज सारा कुछ गुरु नानक साहिब जी दी जन्म पत्री तों मिल सकदा है ये पता लग गया जन्म पत्री तो मिल सकता पर रौला यह है भी जन्म पत्री कितों मिलेगा खुशा दा नाम कौन लेगा कितों प्राप्त होगी कलो नानक जनक जनी जय धाम मद तेहे तरी लखी जय गुरु अंगद देव महाराज बड़े अदब नाल पुछदे ने महापुरखो जन्म पत्री कितों प्राप्त हो सकती है भाई बाला जी कहते जी वह कालू जी के घरों मिल सकती है अब जो कट्टड़ नवे के प्रचार कहते ना जी कालू नहीं कहना कोई उन्होंने मूर्खा कोई आए पुछ के वेखे भी कदे अपने दादे का नाम पिंड चो पुछ के वेखी हूँ मेरे दादा जी का नाम मैं आप सुने बखतावर सिंह से लोग बखतावरा कहते पिंड वाले कहते हूँ पिता कल्याण चंद नाम है पटवारी ने तो लोग कालू कहते अज भी सुभाविक पिंड चाहे कला भोले का घर है अफलाने का घर है सुनते मत असली नाम किसी को भी नहीं पता होता क्योंकि पुराने समय के नाम सूचक वरते जाते सूचक कोई माड़ा नाम नहीं है पिता कल्याण चंद जिन्हों का नाम कालू जी करके आता है बड़ा सत्कार योग शब्द है ये पिंड बोलियां अज भी अद्धे पचद्धे जी ना होंगे जिन्होंने मर्जी पूछ लो फलाने की दुकान कितने कोई पूरा ना तुम पक्का ना लैके जाके पता कर लो फलाना सिंह मिलना मतलब कहते यार ये ना तो बंदा ही है इतने जे कह दिए फलाना कहते पहला दसदा यार बोर्ड से दुकान पहली उसे भी है छोटे ना इतने नाम वरत्या गया कालू ऑब्जेक्शन नहीं होना चाहिए कोई श्रद्धा होनी चाहिए कहते पिता कालू जी के घर के जन्म पत्री प्राप्त हो सकती है गुरु अंगद देव महाराज कहते सब पता उन्होंने घरों मिलूगी क्योंकि पिता ने सारे दस्तावेज संभाले होंगे अज भी किसी के घर बच्चा होंगे सब के घर तुम अपना कुछ संभालो ना संभालो बच्चों के पेपर माँ बाप ने संभाले होंगे एक फाइल ला के कितने की है बर्थ सर्टिफिकेट टेंथ का बीए का मैडिकल का सारा कुछ रखा होंगे संभाल पता होंगे नॉलेज में हों फलानी फाइल में फलानी थान पर पे है भाई बाला जी कहते महाराज ये जन्म पत्री केवल पिता कल्याण चंद के घरों मिल सकती है बहुत व्डा घर से गुरु साहब का कहते कालू जी के घरों मिलूगी
ਹੁਣ ਕਾਲੂ ਵਾਜਾ ਵਾਲੇ ਨਾਮ ਨਹੀਂ ਹੈਗੇ ਜਿਹੜੇ ਆ ਤੁਸੀਂ ਵੇਖਦੇ ਹੋ ਨਾ ਪਿੰਕਾ ਛਿੰਕਾ ਇਹੋ ਜਿਹੇ ਨਾਂ ਰੱਖੇ ਸਿੱਖਾਂ ਦੇ ਵੀ ਕਈ ਵਾਰ ਸ਼ਰਮ ਆਉਂਦੀ ਜਦੋਂ ਫੇਸਬੁੱਕ 'ਤੇ ਲਾਈਵ ਹੁੰਦੇ ਨਾ ਕਿ ਟਿੰਕੂ ਭਾਜੀ ਨੇ ਪਿੰਕੂ ਭਾਜੀ ਨੇ ਬੱਕਰੇ ਜੱਡਾ ਸਿਰ ਹੁੰਦਾ ਅਤੇ ਨਾਂ ਦੇਖੋ ਕਿਹੋ ਜਿਹੇ ਰੱਖੇ ਹੁੰਦੇ ਆ ਇਹ ਨਹੀਂ ਪਤਾ ਲੱਗਦਾ ਵੀ ਇਹ ਕੁੱਤਾ ਕੁੱਤੀ ਦਾ ਨਾਂ ਰੱਖਿਆ ਜਾਂ ਬੰਦੇ ਦਾ ਨਾਂ ਏ ਅੱਜ ਕੱਲ੍ਹ ਤਾਂ ਨਾਮ ਇਹੋ ਜਿਹੇ ਆ ਪਰ ਪਿਆਰਿਓ ਪੁਰਾਣੇ ਸਮੇਂ ਦੇ ਜਿਹੜੇ ਨਾਮ ਸੀ ਨਾ ਉਹ ਬੜੇ ਸਤਿਕਾਰ ਵਾਚਕ ਸੀ ਅਦਬ ਵਾਲੇ ਸੀ ਅਤੇ ਜਦੋਂ ਕੋਈ ਨਾਂ ਲੈਂਦਾ ਸੀ ਨਾ ਸ਼ਖਸੀਅਤ ਸਾਹਮਣੇ ਆ ਜਾਂਦੀ ਸੀ ਉਹਨੂੰ ਜਦੋਂ ਕਹਿੰਦੇ ਸੀ ਕਾਲੂ ਜੀ ਪਟਵਾਰੀ ਨੇ ਜਦੋਂ ਪਟਵਾਰੀ ਸ਼ਬਦ ਕਾਲੂ ਜੀ ਦੇ ਨਾਲ ਲੱਗ ਗਿਆ ਤਾਂ ਕਿੱਡਾ ਵੱਡਾ ਰੁਤਬਾ ਪਟਵਾਰੀ ਦੀ ਅੱਜ ਦਾ ਮਾਨ ਨਹੀਂ ਜਿਹਦੇ ਕੋਲ ਹੋਵੇ ਨਾ ਪਟਵਾਰ ਖਾਨਾ ਮੈਂ ਕਹਿੰਦਾ ਉਹ ਕਰੋੜਾਂਪਤੀ ਧਰਤੀ 'ਤੇ ਬੈਰ ਨਹੀਂ ਬਰਦਾ ਕਿੰਨੀ ਰਿਸ਼ਤਾਂ ਦਿੰਦੇ ਆ ਅਤੇ ਅੱਜ ਤੋਂ 550 ਸਾਲ ਪਹਿਲਾਂ ਜਿਹੜਾ ਪਟਵਾਰੀ ਹੈ ਉਹ ਅੱਜ ਦੇ ਸਮੇਂ ਦਾ ਅਤੇ ਬਾਦਸ਼ਾਹ ਹੋਣਾ ਸਤਨਾਮ ਕਿੰਨੇ ਅਮੀਰ ਹੋਣਗੇ ਗੁਰੂ ਨਾਨਕ ਸਾਹਿਬ ਮਹਾਰਾਜ ਕੋਈ ਛੋਟੇ ਮੋਟੇ ਘਰ 'ਚ ਜਾਂਦੇ ਆ ਪਤਾ ਕਰੋ ਬੇਦੀਆਂ ਦਾ ਵੰਸ਼ ਨਨਕਾਣਾ ਸਾਹਿਬ ਜਾ ਕੇ ਅੱਜ ਵੀ ਪਤਾ ਕਰੋ ਕਿੰਨੀ ਉਹਨਾਂ ਦੀ ਆਪਣੀ ਪ੍ਰੋਪਰਟੀ ਸੀ ਅਤੇ ਕਿੰਨੀ ਰਾਏ ਬਰਾਰ ਨੇ ਉਹਨਾਂ ਦੇ ਨਾਂ ਕਰਤੀ 400-500 ਏਕੜ ਉਹਨੇ ਵੀ ਨਾਮ ਕਰਾ ਦਿੱਤੀ ਕਹਿੰਦਾ ਮਹਾਰਾਜ ਦੇ ਨਾਂ 'ਤੇ ਗੁਰੂ ਨਾਨਕ ਸਾਹਿਬ ਮਹਾਰਾਜ 'ਤੇ ਸ੍ਰਿਸ਼ਟੀ ਦੇ ਮਾਲਕ ਨੇ ਜ਼ਮੀਨਾਂ ਨੂੰ ਨਾਂ ਕੀ ਨੇ ਜਦੋਂ ਕਹਿੰਦੇ ਪਿਤਾ ਕਾਲੂ ਜੀ ਦਾ ਨਾਂ ਸੁਣਿਆ ਗੁਰੂ ਅੰਗਦ ਦੇਵ ਮਰਦ ਨੇ ਸੀ ਸੁਣਵਾਤਾ ਧੰਨ ਪਿਤਾ ਜਿਹਦੇ ਘਰ ਰੱਬ ਆਪ ਪ੍ਰਗਟੇ ਨੇ ਪਾ ਪਰ ਲੋਕ ਕਾਲ ਬਹੁ ਕਾਲੂ ਜੀਵਤ ਅਨੁਜ ਨਾਮ ਤੇ ਲਾਲੂ ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ ਠੀਕ ਆ ਪਿਆਰਿਓ ਫਿਰ ਕਲਿਆਣ ਚੰਦ ਜੀ ਦੇ ਪਾਸੋਂ ਉਹਨਾਂ ਦੇ ਘਰੋਂ ਪ੍ਰਾਪਤ ਹੋ ਸਕਦੀ ਭਾਈ ਵਾਲਾ ਹੱਥ ਜੋੜ ਕੇ ਕਹਿੰਦੇ ਮਹਾਰਾਜ ਪਿਤਾ ਕਲਿਆਣ ਚੰਦ ਹੁਣ ਇਸ ਸੰਸਾਰ 'ਤੇ ਨਹੀਂ ਰਹੇ ਫਾਨੀ ਸੰਸਾਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੋਤੀ ਜੋਤ ਸਮਾ ਗਏ ਤਾਂ ਪਿਤਾ ਦੀ ਹੋਣਗੇ ਸੁਭਾਵਿਕ ਗੱਲ ਹੈ ਗੱਲ ਉੱਥੇ ਆ ਗਈ ਨਾ ਹੁਣ ਜਨਮ ਪੱਤਰੀ ਮਿਲੂਗੇ ਤੁਹਾਨੂੰ ਬੱਚਿਆਂ ਦੇ ਸਰਟੀਫਿਕੇਟ ਤਾਂ ਮਾਪਿਆਂ ਕੋਲ ਹੁੰਦੇ ਆ ਉਹ ਤੋਂ ਬਾਅਦ ਬੱਚੇ ਆਪ ਜ਼ਿੰਮੇਵਾਰ ਹੁੰਦੇ ਪੋਤਾ ਪੋਤੀ ਥੋੜ੍ਹਾ ਸੰਭਾਲਣਗੇ ਦਾਦੇ ਦੇ ਕੌਣ ਪੁੱਛਦਾ ਸਤਿਗੁਰ ਕਹਿੰਦੇ ਮਿਲੂ ਕਿੱਥੋਂ ਭਾਈ ਵਾਲਾ ਥੋੜ੍ਹੀ ਦੇਰ ਬਾਅਦ ਸੋਚ ਕੇ ਕਹਿਣ ਲੱਗੇ ਕਹਿੰਦੇ ਮਹਾਰਾਜ ਬੇਸ਼ੱਕ ਗੁਰੂ ਨਾਨਕ ਸਾਹਿਬ ਜੀ ਦੇ ਮਾਤਾ ਜੀ ਉਹਨਾਂ ਦੇ ਪਿਤਾ ਜੀ ਸਰੀਰ ਕਰਕੇ ਫਾਨੀ ਸੰਸਾਰ ਤੋਂ ਤੁਰ ਗਏ ਨੇ ਪਰ ਅੱਜ ਵੀ ਉਹਨਾਂ ਦੇ ਪਰਿਵਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਚਾਚਾ ਜੀ ਤੇ ਕਾਲੂ ਜੀ ਦੇ ਭਰਾ ਲਾਲੂ ਜੀ ਛੋਟੇ ਸਨ ਲਾਲ ਚੰਦ ਜਿਹਨਾਂ ਨੂੰ ਲਾਲੂ ਜੀ ਕਹਿ ਕੇ ਬੁਲਾਇਆ ਬੜੇ ਅਦਬ ਦੇ ਨਾਂ ਸੀ ਇਹ ਪਿਆਰ ਦੇ ਨਾਂ ਸੀ ਲਾਲੂ ਸਿਉਂ ਕਾਲੂ ਸਿਉਂ ਅੱਗੇ ਸਿੰਘ ਸ਼ਬਦ ਘੱਟ ਵਰਤਿਆ ਜਾਂਦਾ ਸੀ ਸਿਉਂ ਸ਼ਬਦ ਜ਼ਿਆਦਾ ਲੱਗਦਾ ਸੀ ਇਹ ਲਹਿੰਦਾ ਚੜ੍ਹਦਾ ਪੰਜਾਬ ਸਾਰਾ ਇੱਕ ਹੀ ਹੁੰਦਾ ਸੀ ਮਿੱਠੀਆਂ ਬੋਲੀਆਂ ਸੀ ਪਿਆਰ ਦੀਆਂ ਬੋਲੀਆਂ ਸੀ ਕਹਿੰਦੇ ਮਰਜ ਉਹਨਾਂ ਦੇ ਘਰੋਂ ਮਿਲ ਸਕਦੀ ਕਿਉਂਕਿ ਅੱਜ ਸਰੀਰਕ ਤੌਰ 'ਤੇ ਉਹੀ ਜਿਉਂਦੇ ਨੇ 80-90 ਸਾਲ ਦੀ ਉਮਰ ਆ ਉਹਨਾਂ ਦੀ ਲਾਲ ਚੰਦ ਜੀ ਕਹਿ ਲਓ ਲਾਲੂ ਜੀ ਕਹਿ ਲਓ ਗੱਲ 'ਤੇ ਸ਼ਖਸੀਅਤ ਦੀ ਹੈ ਗੁਰੂ ਅੰਗਦ ਦੇ ਮਹਾਰਾਜ ਕਹਿੰਦੇ ਪਿਆਰਿਓ ਫਿਰ ਪਤਾ ਕਰ ਲਓ ਕਹਿੰਦੇ ਮਹਾਰਾਜ ਉਹਨਾਂ ਦੇ ਘਰ ਤੋਂ ਪਤਾ ਕੀਤਾ ਜਾ ਸਕਦਾ ਕਿਉਂਕਿ ਚਾਚਾ ਜੀ ਨੇ ਸਤਿਗੁਰਾਂ ਦੇ ਜੇ ਚਾਚਾ ਜੀ ਨੇ ਫਿਰ ਕਾਲੂ ਜੀ ਤੋਂ ਛੋਟੇ ਨੇ ਲਾਲੂ ਜੀ ਜੋ ਸਰੀਰਕ ਤੌਰ 'ਤੇ ਅੱਜ ਵੀ ਉਸੇ ਘਰ ਵਿੱਚ ਵੱਸਦੇ ਨੇ ਦੋਹਰਾ ਬ੍ਰਿਧ ਬੈਸ ਬਪ ਬਲ ਬਿਨਾ ਬੀਤੇ ਬਰਖ ਵਿਸਾਲ ਉਸ ਵੇਲੇ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਉਮਰ ਬਹੁਤ ਜ਼ਿਆਦਾ ਹੈ ਸੋਟੀ ਲੈ ਕੇ ਦੋਲੇ ਅੱਖਾਂ ਦੀ ਜੋਤ ਵੀ ਘੱਟ ਹੈ ਲਾਲੂ ਜੀ ਦੀ ਲਾਲ ਚੰਦ ਜੀ ਦੀ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਾਚਾ ਜੀ ਨੇ ਉਮਰ ਬਹੁਤ ਵਡੇਰੀ ਹੋ ਚੁੱਕੀ ਹੈ ਪਾਤਸ਼ਾਹ ਜੇ ਉਹਨਾਂ ਨੂੰ ਵੀ ਆਖਾਂਗੇ ਪੱਤਰੀ ਲੱਭਦੇ ਹੋ ਕਿੱਥੋਂ ਲੱਭਣਗੇ ਬੁਢਾਪਾ ਕਿੰਨਾ ਉਮਰ ਬਹੁਤ ਵਡੇਰੀ ਹੋ ਗਈ ਨਾ ਪਾਤਸ਼ਾਹ ਇੱਕ ਅੰਦਾਜ਼ੇ ਦੇ ਨਾਲ ਉਹਨਾਂ ਦੇ ਘਰ ਤੋਂ ਕੋਈ ਸੁਰਾਗ ਮਿਲ ਸਕਦਾ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਪੱਤਰੀ ਦਾ ਜਦੋਂ ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ ਨੇ ਬਚਨ ਸੁਣੇ ਨਾ ਕਹਿੰਦੇ ਬੜੀ ਖੁਸ਼ੀ ਚੜੀ ਬੜਾ ਚਾਅ ਹੋਇਆ ਵੀ ਚੱਲ ਕੋਈ ਤੇ ਸੁਰਾਗ ਮਿਲਿਆ ਬੜੇ ਲੰਮੇ ਸਮੇਂ ਦੀ ਮਨ ਦੀ ਤਾਂਗ ਸੀ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇਤਿਹਾਸ ਸੁਣਿਆ ਜਾਵੇ ਕੋਈ ਪਿਆਰਾ ਸਿੱਖ ਉਹਨਾਂ ਦੇ ਬਚਪਨ ਬਾਰੇ ਸੁਣਾਵੇ ਅਤੇ ਸੰਗਤ ਨੂੰ ਸੁਣਾਉਣਾ ਚਾਹੁੰਦੇ ਸੀ ਬਾਹਰ ਪਰ ਅੱਜ ਸੋਰਸ ਮਿਲ ਗਏ ਨੇ ਭਾਈ ਬਾਲਾ ਜੀ ਇਸ ਕਰਕੇ ਸਤਿਗੁਰ ਪੁੱਛਦੇ ਨੇ ਅਤੇ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਲਾਲ ਚੰਦ ਜੀਆਂ ਦੇ ਘਰ ਜਾਣਾ ਪਏਗਾ ਬੜੀ ਵਡੇਰੀ ਉਮਰ ਦੇ ਹਨ ਸਰੀਰ ਕਰਕੇ ਸਿਆਣੇ ਨੇ ਤਲਵੰਡੀ ਮਹੀ ਸਦਨ ਇਸ ਸੁਣੋ ਸਰੋਣ ਗੁਰਦਿਆਲ ਮਹਾਰਾਜ
सुने चाचा जी का घर भी तलवंडी शहर के विच ही है, नगर च ही है, क्योंकि भाई बाला जी ज्यादातर खेतों में ही रहिंदे सी, खेती बहुत करते, बड़ी जमीन सी इन्हां दे कोल। सुभाविक गल्लां हुंदियां, किरत करन वालियां नूं बहुतियां दा नहीं पता हुंदा कौन की करदा है, इह ते आदत हुंदी अपनी अपनी। कई बंदे तुहानूं इदां दे भी मिल जाणगे, इत्थे भी मिल जाणगे, बाहर भी मिल जाणगे। मोहाली शहर बस स्टैंड ते कौन बस चढ़िया उन्हां नूं पता हुंदा है किहड़े गुरद्वारे किहने मत्था टेकिया, किहदा पर्स लोमिया, किहदा मोबाइल टेकिया, उन्हां नूं सारा कुछ पता हुंदा। उह बंदे तुरदे फिरदे गूगल हुंदे आ, एक मेरे वर्गा उल्लू जिहा हुंदा अक्खां सामणे सारा कुछ कर जे कोई पुछे आ भाई इदां, यार मैनूं तां पता नहीं, घर दे नाल कौन रहिंदा पता नहीं, इन्ने नंबर बुलाओ किथे पता नहीं, ते किहो जिहा हुंदा है उहनूं पुछो भी अमृतसर की कहड़ी गली च किहड़ा बंदा रहिंदा, कहिंदा लै मैनूं पता, मैं दस दिंदा कौन रहिंदा उत्थे, किहड़ा कित्थों रिटायर होया, सारा पता हुंदा। हुण भाई बाला जी अंतरमुखी ने, जिहड़े ते बाहर मुखी लोकां नूं वेखदे फिरदे आ ना जी, माफ करिओ उहनां दी जिंदगी च नरक ही हुंदा, उस तों वध के कुछ नहीं। कौन किथे की करदा है, किथे रहिंदा है, बस आई कुछ हुंदा ना, ते जिहड़े भागां वाले आ ਉਹ ਕਹਿੰਦੇ ਸੀ ਲੈਣਾ ਕੀ ਆ ਜਗ ਤੋਂ, ਅਸੀਂ ਆਪਣੇ ਆਨੰਦ ਚ ਰਹਿੰਦੇ ਹਾਂ। ਇਹੀ ਕਾਰਨ ਸੀ ਭਾਈ ਬਾਲਾ ਜੀ ਬਹੁਤਾ ਰਸੂਖ ਕਿਸੇ ਨਾਲ ਨਹੀਂ ਸੀ ਰੱਖਦੇ। ਆਉਣ ਵਾਲੀ ਕਥਾ 'ਚ ਵੀ ਆ ਜਾਣੇ, ਜਿੱਦਣ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਖਰਾ ਸੌਦਾ ਕਰਨ ਜਾਣਗੇ, ਕਿਉਂਕਿ ਇਹਨਾਂ ਦਾ ਘਰ ਪਿੰਡੋਂ ਬਾਹਰ ਸੀ ਡੇਰੇ 'ਚ, ਕੱਲ੍ਹ ਵੀ ਸੁਣ ਲਿਆ, ਅਤੇ ਬਾਪੂ ਜੀ ਸਿੱਧਾ ਜਾ ਵੱਜੇ ਸੀ ਭਾਈ ਬਾਲੇ ਦੇ ਘਰੇ, ਕਹਿੰਦੇ ਵਾਹ ਓਏ ਬਾਲਿਆ ਬੜਾ ਸਿਆਣਾ ਤੂੰ ਘਰੇ ਆ ਗਿਆ, ਪੁੱਤ ਮੇਰਾ ਕਿੱਥੇ ਹੈ? ਕਹਿੰਦੇ ਬਾਪੂ ਜੀ ਬਾਹਰ ਛੱਪੜ ਜਿਹਾ ਗਿਆ। ਇੱਥੇ ਤੱਕ ਕਿਉਂ ਆਏ? ਕਿਉਂਕਿ ਘਰ ਬਹੁਤ ਦੂਰ ਸੀ, ਰਾਜ ਭੋਜ ਦੀ ਤਲਵੰਡੀ ਛੋਟੀ ਆ ਕਿਤੇ। ਹੁਣ ਪਿੰਡ ਦੇ ਵਿੱਚ ਵਿਚਕਾਰ ਘਰ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ, ਪਟਵਾਰੀਆਂ ਦਾ ਘਰ ਵੱਜਦਾ ਸੀ, ਮਸ਼ਹੂਰ ਬੜੇ ਸੀ। ਉਹ ਪਟਵਾਰੀ ਛੋਟਾ ਹੁੰਦਾ, ਅੱਜ ਦੇ ਸਮੇਂ ਵੀ ਗੈਜ਼ਟਡ ਆਫਿਸਰ ਮੰਨਿਆ ਜਾਂਦਾ ਪਟਵਾਰੀ, ਸਟੈਂਪਲਾਂ ਦੀ ਅਤੇ ਐਮਸੀ ਦੀ, ਬਾਕੀ ਕੋਈ ਮੋੜਦਾ ਨਹੀਂ ਗੱਲ, ਕਿਤੇ ਵੀ ਵੈਰੀਫਿਕੇਸ਼ਨ ਕਰਵਾਉਣੀ ਹੋਵੇ ਠੀਕ ਆ। ਆਉਣ ਵਾਲੇ ਸਮੇਂ 'ਚ ਘੱਟਦਾ ਜਾਂਦਾ ਰੁਝਾਨ, ਪਰ ਪੁਰਾਣੇ ਸਮੇਂ ਵਿੱਚ ਪਟਵਾਰੀ ਦਾ ਕਿਹਾ ਸਮੇਂ ਦਾ ਰਾਜਾ ਮੋੜ ਨਹੀਂ ਸੀ ਸਕਦਾ ਹੁੰਦਾ, ਕਿਉਂਕਿ ਮਾਲ ਖਜ਼ਾਨਾ ਸਾਰਾ ਇਹਨਾਂ ਕੋਲ ਹੁੰਦਾ ਸੀ, ਮਾਲਕ ਹੁੰਦੇ ਸੀ। ਹੁਣ ਲਾਲ ਚੰਦ ਬਜ਼ੁਰਗ ਨੇ ਪਿੰਡ ਵਿੱਚ ਘਰ ਹੈ, ਸੁਣਿਆ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਸਰੀਰ ਕਰਕੇ ਉਹ ਹੈਗੇ ਨੇ, ਪਰ ਇਹ ਨਹੀਂ ਮੈਨੂੰ ਪਤਾ ਵੀ ਪੱਤਰੀ ਉਹਨਾਂ ਦੇ ਘਰੇ ਹੈ ਕਿ ਨਹੀਂ ਹੈ, ਇਹ ਤਾਂ ਜਾ ਕੇ ਪਤਾ ਲੱਗੂਗਾ, ਕੋਸ਼ਿਸ਼ ਕੀਤੀ ਜਾ ਸਕਦੀ ਹੈ। ਜਦੋਂ ਕਹਿੰਦੇ ਸੰਗਤਾਂ ਨੇ ਵੀ ਸੁਣਿਆ, ਮਰਦ ਨੇ ਵੀ ਸੁਣਿਆ, ਬੜੀ ਖੁਸ਼ੀ ਹੋਈ। ਸਤਿਗੁਰ ਕਹਿੰਦੇ ਭਾਈ ਬਾਲਾ ਜੀ ਫਿਰ ਇਹ ਕਿਰਪਾ ਕਰਦੇ ਹੋ, ਸ਼੍ਰੀ ਅੰਗਦ ਸੁਣ ਔਰ ਬਹੁ ਹਰਖ ਪਰਮ ਪ੍ਰੇਮ ਜਿਉ ਜਲ ਤਰ ਬਰਖ। ਜਦੋਂ ਇਹ ਪਤਾ ਲੱਗਿਆ ਨਾ ਚਾਚਾ ਲਾਲ ਚੰਦ ਜੀ ਬਾਰੇ, ਗੁਰੂ ਅੰਗਦ ਦੇ ਮਰਦ ਦੇ ਨੇਤਰ ਭਰੇ ਆਈ ਖੁਸ਼ੀ ਨਾਲ, ਅੱਖਾਂ 'ਚ ਹੰਝੂ ਆ ਗਏ। ਇੱਕ ਆਸ ਤੇ ਹੋਈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵਿਹੜੇ ਪਹੁੰਚ ਜਾਏਗੀ, ਘਰ ਪਹੁੰਚ ਜਾਏਗੀ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਨੇ ਬੁਢਾਪੇ ਵਿੱਚ ਵੀ ਖੇਤੀ ਕੀਤੀ ਜੀਵਨ ਵਿੱਚ, ਉਹ ਇੱਕ ਦੁਨਿਆਵੀ ਤੌਰ 'ਤੇ ਨਾ ਆਮ ਜਿਹੇ ਵਿਅਕਤੀ ਲੱਗਦੇ ਸੀ, ਦੇਖਣ ਨੂੰ ਕੋਈ ਬਹੁਤਾ ਇਹ ਨਹੀਂ ਵੀ 20-25 ਗੱਡੇ ਤੁਰੇ ਆਉਂਦੇ ਪੁੱਛੇ ਵਾਹ ਵਾਹ ਬਾਬਾ ਜੀ ਆ ਫਲਾਣਾ ਹੋ ਗਿਆ, ਐਸਾ ਨਹੀਂ ਸੀ ਕੁਛ। ਉਹ ਅਵਤਾਰ ਸੀ, ਪਰਮੇਸ਼ਰ ਸੀ, ਪਰਮਾਤਮਾ ਸੀ। ਜਿੰਨੀ ਸਾਦਗੀ ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚ ਸੀ, ਅੱਜ ਵੀ ਜਾ ਕੇ ਪਾਕਿਸਤਾਨ ਨਨਕਾਣਾ ਸਾਹਿਬ ਪਤਾ ਕਰੋ, ਆ ਜਿੰਨੀ ਆਪਾਂ ਨੇ ਡੈਂਟਿੰਗ ਪੇਂਟਿੰਗ ਕਰਦੀ ਨਾ ਬਣਵਾ ਦੇ, ਬੜਾ ਕੰਮ ਖਰਾਬ ਹੋਇਆ। ਹੋਰੇ ਪਾਸੇ ਲੱਗੇ ਜਿਹੜੇ ਕਿਰਤ ਕਰਦੇ ਹੋਣਗੇ, 18 ਸਾਲ ਹਲ ਵਾਹੁੰਦੇ ਹੋਣਗੇ, ਉਹ ਪ੍ਰੈਸ ਵਾਲੀ ਕਰੀਜ਼ ਤਾਂ ਨਹੀਂ ਪਾਉਂਦੇ ਹੋਣੇ, ਬਸਤਰ ਵੇਖਿਓ ਤੁਸੀਂ ਜ਼ਿਮੀਦਾਰਾਂ ਦੇ ਕਿਹੋ ਜਾਂਦੇ ਆ, ਕੋਈ ਉਹਨਾਂ ਦੇ ਪਸੀਨੇ ਵਿੱਚੋਂ ਵੀ ਮਹਿਕਾਂ ਆਉਂਦੀਆਂ ਹੋਣੀਆਂ ਕਿਰਤ ਦੀਆਂ, ਕਿਉਂਕਿ ਆਪ ਮਿੱਟੀ ਵਿੱਚ ਮਿੱਟੀ ਹੁੰਦੇ ਸੀ ਅਤੇ ਸਾਰਾ ਪਰਿਵਾਰ ਕਿਰਤੀ ਸੀ ਪਟਵਾਰੀ ਜੀ ਦਾ। ਭਾਈ ਬਾਲਾ ਜੀ ਵੱਲ ਵੇਖ ਵੇਖ ਗੁਰੂ ਅੰਗਦ ਦੇ ਪਾਤਸ਼ਾਹ ਇੰਨੇ ਖੁਸ਼ ਹੋਈ ਜਾਂਦੇ ਜਿਵੇਂ ਚੰਦਰਮਾ ਨੂੰ ਚਕੋਰ ਵੇਖਦੀ ਹੈ, ਕਿਉਂਕਿ ਹੁਣ ਖੁਸ਼ੀ ਇਸ ਗੱਲ ਦੀ ਹੈ ਵੀ ਭਾਈ ਬਾਲਾ ਜੀ ਕਿਰਪਾ ਕਰ ਦੇਣਗੇ, ਇਹ ਮਹਾਂਪੁਰਖ ਕਿਰਪਾ ਕਰਨਗੇ, ਕਿਉਂਕਿ ਪਿੰਡ ਦੇ ਵਿਛਦੇ ਹਨ ਬੋਲੇ ਗਿਰਰ ਸਾਲ ਕਿਰਪਾਲਾ ਜਿਹਦੇ ਤੋਂ ਪਤਾ ਲੱਗ ਸਕਦਾ ਸਤਿਗੁਰਾਂ ਦਾ ਅਵਤਾਰ ਕਿਹੜੇ ਸਮੇਂ ਕਿੰਨੇ ਵਜੇ ਹੋਇਆ। ਆਹ ਜਿਹੜੇ ਅੱਜ ਰਾਸ਼ੀਆਂ ਰੂਸ਼ੀਆਂ ਜਾਂ ਚੱਕੀ ਫਿਰਦੇ ਆ ਨਾ ਜੀ, ਕਦੇ ਇਹਨਾਂ ਦੇ ਪਖੰਡ ਦੀ ਪੋਲ ਉਹਦੀ ਖੁੱਲ ਜਾਂਦੀ। ਤੁਸੀਂ ਕਿਸੇ ਪੰਡਤ ਕੋਲ ਜਾ ਕੇ ਦੱਸੋ ਜੀ ਮੇਰਾ ਬਰਥ 1:00 'ਤੇ ਹੋਇਆ, ਉਰੇ ਉਸੇ ਹਿਸਾਬ ਬਣਾ ਦੇਣਾ। ਹੁਣ ਤੁਸੀਂ ਪੜ੍ਹੇ ਲਿਖੇ ਹੋ, ਮੈਡੀਕਲ ਸਾਇੰਸ ਜਿਨ੍ਹਾਂ ਨੇ ਸੁਣੀ ਹੈ, ਪੜ੍ਹੀ ਹੈ, ਜਾਂ ਜਿਹੜੇ ਇਸ ਲਾਈਨ ਨਾਲ ਜੁੜੇ ਹੋਏ ਆ,
पता करके वेखो भी अज तक दुनिया से कोई ऐसा बच्चा नहीं जिदा करैक्ट टाइम दसिया जाए भी माँ के पेट पिछों किन्ने सैकंड पिछों बहर आया से किहड़ा सैकंड से जो बहर आके होया बर्थ की प्रक्रिया अठ अठ घंटे में चली जाती है चार चार घंटे भी समा लग जाता है दो दो तीन तीन घंटे भी लग जाते हैं तो जब करैक्ट समा किसी का नहीं पता लग सकता तो फिर राशियां किमें किसी की जिंदगी बदल सकते अंदाजा ही है कि फलाने के बच्चे का जन्म होया सवा ग्यारह होया जी सवा ग्यारह कहता करैक्ट टाइम की सी तो कि सूई किन्ने ते सी जो बच्चा शरीर तो बाहर आया तो कि समा जब पहली उन्हें किलकारी मारी दस सकता है कोई साइंस कहती कुछ भी नहीं पता लगता जग तक होंगे पर हाँ जिथे कोई महापुरख विद्वान हो गए ना बहुत सियाना सोचा वो लक्षणा तो निशानिया तो दस सकता भी बच्चा की करेगा केवल सुलझिया सियाना एवें नहीं जाना खाना इतने मैं भी ये पखंडा जहाँ हो के वेखे है मैं चल वेखिए तो सही ती पता लगता होंगे ना भी दुनिया कितने गढ़ी है ज्यादा अंब साहब कथा करते मैं कोई बंदा बार बार बाबा जी कहते जन्म पत्री बना ला मैं यार जिन्या मर्जी बना दे ब्याह तो मेरा छेती नहीं होना करा दा जिन्या मर्जी मैं उस पंडित को चले गया परखण वास्ते गया वीडियो भी बनाई पंडित कहता लै भी भगता कहता छे महीने च विह मैं अच्छा विह व्यू का तो पता नहीं छे महीने बाद सस्पेंड जरूर हो गया मैं तो लभदा फिरता जब तक वो पंडित है कहते छे साल हो गए जब तक रिश्ता नहीं हो आते हाल ने पंडित उदो पक्का विश्वास हो गया भी गुरु साहब जो कहते ने 100% की गल छो 1000% सच है क्योंकि मैं सारे तरह की विद्या पढ़ के लिखी हर तरह की मेरी कोशिश होती है भी कोई नॉलेज हो कोई विद्या हो कैसा भी ज्ञान हो प्राप्त किया जाए किसी भी धर्म का होगी सोर्स में वाधा होता है नॉलेज में वाधा होता ही पता लगू साडा पंथ किड्डा महान है साडी सिखी किड्डी महान है कहते जन्म पत्री औखी है लगनी मर्द कहते भाई बाला जी कोशिश से कर सकते हो ना की जा सकती कहते हाँ मर्द मैनू आग्या दियो मैं पिंड जाके पता कर लेना जे ते जन्म पत्री प्राप्त हो गई फिर ते गल हो रही ना प्राप्त होई पातशाह तुसी अंतरजामी सब कुछ कर सकते हो आखो सतनाम तुहाडे लई कुछ वड्डा है तुसी बैठे बैठे दस सकते हो अवतार किस धरती ते होया किहड़े समय होया प्यारे अज की मैं गल की जिहड़े आ लई फिरदे आ ना राशियां रुशियां दीआं ये सिर्फ पखंड है तो बद के कुछ नहीं है जे राशि की गल करोगे राम ते रावण की एको ही है ओसामा ते ओबामा की एको ही सी ओबामा अजे तक तुरिया फिरदा राष्ट्रपति बनन तो बाद ते दूजा कित्थे आ रावण का की हाल सी कंस ते कृष्ण की राशि ते एको ही है कंस किहड़े राह गया कृष्ण किहड़े राह सी ये अखरा अखरा दे रौले च ना पिया करे वेले बहम ने अमेरिका कैनेडा यूरोप के लोग तां सुखी ने ओह इन्हां पखंडां कंजरखाने नहीं मिलते सुखी ने साडे ते घर कोले कोई लड्डू रख जे बाहर सारा टब्बर डरदा बाहर नहीं निकलता अगला कहिंदा ठीक आ असीं अपना काम कर रहे बड़े रहिंदे अंदर कोई चौल सुट गया की पता चिड़िया चुड़िया पा के गया होवे बहाने नाल इधर गिर गया सारा टब्बर बाहर ने नहीं नूहे तू ना बाहर आ गई वेखी कि तैनू भूत चिंबड़ जे वो जिहड़ा शराब पी के रोज घरे आउंदा उहतों वड्डा भूत कौन है जिहड़ा रोज आ के गाला कढ़दा है इहतों वड्डा की चिंबड़ जूगा इन्ना बहम भरम पखंड है जो गुरु नानक साहब ने कटिया सी बाणी पढ़ के उस पासे लोगों को जुड़ी जाने इत्थे जन्म पत्री का भाव की भाव पत्री सिर्फ उहदे विच एना ही वेखना है दिन किहड़ा सी समा किहड़ा सी किस महापुरख ने की लिखे है मर्द कृपा करन कल दे दीवाना च सारे प्रसंग आउणगे ये प्रसंग बड़े आनंदमय महिमा गुरु नानक साहब पातशाह दी किवें लिखाउणगे किवें सुणाउणगे आने वाले दिनों में आनंद माणांगे वाहेगुरु 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 वाहेगुरु।